ਭਾਈ ਰਣਜੀਤ ਸਿੰਘ ਨੂੰ ਸਮਝਦਾਰੀ ਵਿਖਾਉਣੀ ਚਾਹੀਦੀ ਹੈ। ਇਸ ਤਰ੍ਹਾਂ ਦਾ ਮਾਹੌਲ ਪੈਦਾ ਨਹੀਂ ਕਰਨਾ ਚਾਹੀਦਾ। ਸਰਕਾਰੀ ਸਹਿ ਲੈ ਕੇ, ਸਿਕਿਉਰਿਟੀ ਲੈ ਕੇ ਸਰਸੇ ਵਾਲਾ ਭਾਈ ਰਣਜੀਤ ਸਿੰਘ ਨੂੰ ਉਸ ਰਾਹ 'ਤੇ ਨਹੀਂ ਚੱਲਣਾ ਚਾਹੀਦਾ, ਪਰ ਉਲਟਾ ਭਾਈ ਰਣਜੀਤ ਸਿੰਘ ਨੂੰ ਸਮਝਣ ਦੀ ਬਜਾਏ ਉਹ ਹਉਮੇ ਹੰਕਾਰ ਦੇ ਵਿੱਚ ਇੰਨਾ ਜ਼ਿਆਦਾ ਆ ਚੁੱਕਾ ਕਿ ਉਹ ਟੀਕਾ ਟਿੱਪਣੀ ਕਰਦਾ ਉਹਨਾਂ ਗੱਲਾਂ 'ਤੇ। ਜੇ ਕੋਈ ਸਿਆਣੀ ਗੱਲ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਤਾਂ ਭਾਈ ਰਣਜੀਤ ਸਿੰਘ ਮਜ਼ਾਕ ਉਡਾਉਂਦਾ। ਮੈਂ ਸਮਝਦਾ ਹੰਕਾਰੀ ਹੋ ਚੁੱਕਾ ਹੈ। ਰਣਜੀਤ ਸਿੰਘ ਨੂੰ ਇਹ ਗੱਲ ਸਮਝਣੀ ਚਾਹੀਦੀ ਆ। ਕਹਿੰਦਾ ਕਿ ਸਾਰੇ ਹੀ ਇਕੱਠੇ ਹੋ ਗਏ ਆ, ਹੁਣ ਆਪਸ ਵਿੱਚ ਇਹਨਾਂ ਦੀ ਬਣਦੀ ਨਹੀਂ, ਪਰ ਮੇਰੇ ਮਸਲੇ 'ਤੇ ਸਾਰੇ ਇਕੱਠੇ ਹੋ ਗਏ, ਸਾਰਾ ਪੰਥ ਇਕੱਠਾ ਹੋ ਗਿਆ। ਇਕੱਠੇ ਕਿਉਂ ਆ? ਕਿਉਂਕਿ ਪੰਥਕ ਸਿਧਾਂਤਾਂ 'ਤੇ ਢਾਹ ਲਾਈ ਜਾ ਰਹੀ ਹੈ, ਸਿੱਖ ਇਤਿਹਾਸ ਨੂੰ ਤੇਰੇ ਵੱਲੋਂ ਰੱਦ ਕੀਤਾ ਜਾ ਰਿਹਾ। ਬੇਅੰਤੇ ਬੁੱਚੜ ਦਾ ਪੋਤਾ ਰਵਨੀਤ ਬਿੱਟੂ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਟਿੱਪਣੀ ਕਰੇ ਕੋਈ ਵੀ, ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ। ਕਿ ਬਰਗਾੜੀ ਤੂੰ ਪੈਦਾ ਕੀਤਾ ਸੀਗਾ, ਜਿਹੜੇ ਸਿੰਘਾਂ ਦੀ ਸ਼ਹਾਦਤ ਹੋਈ ਸੀ ਉਹ ਤੇਰੇ ਅਤੇ ਪੰਥਪ੍ਰੀਤ ਸਿੰਘ ਕਰਕੇ ਹੋਈ ਸੀਗੀ। ਜਦੋਂ 12 ਅਕਤੂਬਰ ਨੂੰ ਬੇਅਦਬੀ ਹੋਈ ਸੀ ਤਾਂ ਤੁਸੀਂ ਧਰਨਾ ਲਾਇਆ ਸੀ ਕੋਟਕਪੂਰੇ ਜਾ ਕੇ, ਬਹਿਬਲ ਤੁਸੀਂ ਪੈਦਾ ਕੀਤਾ ਸੀਗਾ। ਤੁਹਾਡੇ ਕਰਕੇ 2 ਮਾਵਾਂ ਦੇ ਪੁੱਤ ਸ਼ਹੀਦ ਹੋਏ ਸੀ। ਤੁਸੀਂ ਤਾਂ ਸ਼ਹੀਦ ਕਰਾ ਕੇ ਭੱਜ ਆਏ, ਮੁੜ ਕੇ ਬਰਗਾੜੀ ਵੱਲ ਮੂੰਹ ਨਹੀਂ ਕੀਤਾ, ਕੋਟਕਪੂਰੇ ਬਹਿਬਲ ਵੱਲ ਮੂੰਹ ਨਹੀਂ ਕੀਤਾ। ਲੜਾਈ ਤੇਰੀ ਸੀ ਬਾਬੇ ਹਰਨਾਮ ਸਿੰਘ ਦੇ ਨਾਲ ਅਤੇ ਤੂੰ ਮਰਵਾਤਾ ਭੁਪਿੰਦਰ ਸਿੰਘ। ਤੁਸੀਂ ਬੈਠੇ ਸੀ, 2 ਜਣੇ ਲੀਡ ਕਰ ਰਹੇ ਸੀਗੇ ਕੋਟਕਪੂਰੇ ਦੇ ਮਰਵਾਤ ਤੇ ਕ੍ਰਿਸ਼ਨ ਭਗਵਾਨ ਸਿੰਘ ਨਿਆਮੀ ਵਾਲਾ ਤੇ ਗੁਰਜੀਤ ਸਿੰਘ ਸਰਾਵਾਂ ਤੇ ਅਨੇਕਾਂ ਜ਼ਖਮੀ ਕਰਾ ਤੇ। ਅਜੇ ਤੂੰ ਕਹਿੰਦਾ ਕਿ ਮੈਂ ਜਿਹੜਾ ਹੈਗਾ ਮੈਨੂੰ ਜਾਣ ਦੀ ਕੀਮਤ ਦਾ ਪਤਾ, ਮੈਂ ਕੋਈ ਮਰਾਉਣਾ ਨਹੀਂ। ਤੂੰ ਤਾਂ 3 ਮਰਵਾਏ ਆ ਤੁਸੀਂ, ਤੂੰ ਆਉਣ ਵਾਲਾ ਸਮਾਂ ਤੂੰ ਉਡੀਕ, ਮੇਰੀ ਗੱਲ ਯਾਦ ਰੱਖੀ। ਪੈਰ ਤਾਂ ਛੱਡ, ਤੂੰ ਤਾਂ ਪੈਰਾਂ ਦੇ ਥੱਲੇ ਵੀ ਟੂਆ ਕੱਢ ਕੇ ਡੂੰਘੇ ਥਾਂ 'ਚ ਬੈਠੇਗਾ ਤੂੰ। ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਦਾਸ ਵੱਲੋਂ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ ਵਸਦੀਆਂ ਸਿੱਖ ਸੰਗਤਾਂ ਨੂੰ ਪਤਾ ਹੀ ਹੈ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਜਿਸ ਤਰ੍ਹਾਂ ਸਿੱਖ ਇਤਿਹਾਸ ਅਤੇ ਪੁਰਾਤਨ ਪਰੰਪਰਾਵਾਂ ਮਰਿਆਦਾ ਦੇ ਉੱਤੇ ਟੀਕਾ ਟਿੱਪਣੀ ਕਰਕੇ ਉਹਨਾਂ ਦਾ ਖੰਡਨ ਕੀਤਾ ਜਾ ਰਿਹਾ, ਉਹਦੇ ਨਾਲ ਸਾਰੀਆਂ ਸਿੱਖ ਜਥੇਬੰਦੀਆਂ, ਸਿੱਖ ਸੰਪਰਦਾਵਾਂ, ਸੰਗਤਾਂ ਦੇ ਮਨਾਂ ਵਿੱਚ ਭਾਰੀ ਰੋਸ ਆ। ਜੇ ਕੋਈ ਵੀ ਸਿੱਖ ਉਹਨਾਂ ਨੂੰ ਇਹਨਾਂ ਗੱਲਾਂ ਤੋਂ ਗੁਰੇਜ਼ ਕਰਨ ਵਾਸਤੇ ਕਹਿੰਦਾ ਤਾਂ ਉਲਟਾ ਭਾਈ ਰਣਜੀਤ ਸਿੰਘ ਉਹਨਾਂ ਦੇ ਉੱਤੇ ਟੀਕਾ ਟਿੱਪਣੀ ਕਰਦਾ। ਜੋ ਪਿਛਲੇ ਸਮੇਂ ਦੇ ਹਾਲਾਤ ਚੱਲ ਰਹੇ ਸਨ, ਟਕਰਾਅ ਦਾ ਮਾਹੌਲ ਬਣਿਆ ਸੀ, ਖਾਨਾ ਜੰਗੀ ਦਾ, ਦੰਗੇ ਫਸਾਦ ਦਾ ਮਾਹੌਲ ਬਣਿਆ ਹੋਇਆ ਸੀ, ਉਹਦੇ ਉੱਤੇ ਦਾਸ ਨੇ ਆਪਣੇ ਵਿਚਾਰ ਦਿੱਤੇ ਸੀ ਕਿ ਭਾਈ ਰਣਜੀਤ ਸਿੰਘ ਨੂੰ ਸਮਝਦਾਰੀ ਵਿਖਾਉਣੀ ਚਾਹੀਦੀ ਹੈ, ਇਸ ਤਰ੍ਹਾਂ ਦਾ ਮਾਹੌਲ ਪੈਦਾ ਨਹੀਂ ਕਰਨਾ ਚਾਹੀਦਾ। ਸਰਕਾਰੀ ਸਹਿ ਲੈ ਕੇ, ਸਿਕਿਉਰਿਟੀ ਲੈ ਕੇ ਸਰਸੇ ਵਾਲਾ, ਭਨਿਆਰੇ ਵਾਲਾ, ਨੂਰ ਮੇਲੀਆ ਜਾਂ ਨਰਕ ਧਾਰੀਆ ਤਾਂ ਆਪਦੇ ਇਕੱਠ ਕਰਦਾ ਹੁੰਦਾ ਸੀ ਕਿ ਭਾਈ ਰਣਜੀਤ ਸਿੰਘ ਨੂੰ ਉਸ ਰਾਹ 'ਤੇ ਨਹੀਂ ਚੱਲਣਾ ਚਾਹੀਦਾ, ਪਰ ਉਲਟਾ ਭਾਈ ਰਣਜੀਤ ਸਿੰਘ ਨੂੰ ਸਮਝਣ ਦੀ ਬਜਾਏ ਉਹ ਹਉਮੇ ਹੰਕਾਰ ਦੇ ਵਿੱਚ ਇੰਨਾ ਜ਼ਿਆਦਾ ਆ ਚੁੱਕਾ ਕਿ ਉਹ ਟੀਕਾ ਟਿੱਪਣੀ ਕਰਦਾ ਉਹਨਾਂ ਗੱਲਾਂ 'ਤੇ। ਜੇ ਕੋਈ ਸਿਆਣੀ ਗੱਲ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਤਾਂ ਭਾਈ ਰਣਜੀਤ ਸਿੰਘ ਮਜ਼ਾਕ ਉਡਾਉਂਦਾ। ਮੈਂ ਸਮਝਦਾ ਹੰਕਾਰੀ ਹੋ ਚੁੱਕਾ। ਜਿਸ ਤਰੀਕੇ ਨਾਲ ਮਾਧੋਦਾਸ ਬਰਾਗੀ ਸਾਧੂ ਮਹਾਤਮਾ ਨੂੰ ਪਲੰਘੇ 'ਤੇ ਬਿਠਾ ਕੇ ਪਲੰਘਾ ਆਕਾਸ਼ 'ਚੋਂ ਉਡਾ ਕੇ ਮੁੱਧਾ ਕਰ ਦਿੰਦਾ ਸੀ, ਇਤਿਹਾਸ ਵਿੱਚ ਅਸੀਂ ਪੜ੍ਹਦੇ ਹਾਂ, ਅਤੇ ਫਿਰ ਖਿੜਖਿੜਾ ਕੇ ਹੱਸਦਾ ਸੀ, ਹੰਕਾਰ ਕਰਦਾ ਸੀ। ਉਸੇ ਤਰ੍ਹਾਂ ਮੈਂ ਸਮਝਦਾ ਕਿ ਭਾਈ ਰਣਜੀਤ ਸਿੰਘ ਕੁਝ ਲੋਕਾਂ ਨੂੰ ਆਪਣੇ ਪਿੱਛੇ ਲੱਗਾ ਵੇਖ ਕੇ, ਆਪਣੀ ਫਾਲੋਅਰਸ਼ਿਪ ਦੇਖ ਕੇ ਕਿ ਮੇਰੇ ਪਿੱਛੇ ਕੁਝ ਲੋਕ ਜਿਹੜੇ ਆ ਉਹ ਲੱਗ ਚੁੱਕੇ ਆ, ਜੋ ਦਿਨ ਕਹੇ ਦਿਨ, ਰਾਤ ਕਹੇ ਰਾਤ, ਤਾਂ ਇਸ ਕਾਰਨ ਕਰਕੇ ਉਹ ਹੰਕਾਰੀ ਹੋ ਚੁੱਕਾ, ਹਉਮੇ ਵਿੱਚ ਆ ਚੁੱਕਾ, ਹੰਕਾਰ ਦੇ ਵਿੱਚ ਐਸੇ ਬੋਲ ਜਿਹੜੇ ਆ ਉਸਦੇ ਬਣ ਚੁੱਕੇ ਆ। ਭਾਈ ਰਣਜੀਤ ਸਿੰਘ ਨੇ ਜੋਗੇ ਆਪਣੇ ਸਮਾਪਤੀ ਦੇ ਦੀਵਾਨ ਦੇ ਵਿੱਚ ਇਹ ਗੱਲ ਕਹੀ ਆ, ਕਹਿੰਦਾ ਕਿ ਦਾਦੂਵਾਲ ਨੇ ਮੇਰੇ 'ਤੇ ਨਜ਼ਲਾ ਝਾੜਿਆ। ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਭਾਈ ਰਣਜੀਤ ਸਿੰਘ ਨੂੰ ਇਹ ਗੱਲ ਸਮਝਣੀ ਚਾਹੀਦੀ ਆ। ਕਹਿੰਦਾ ਕਿ ਸਾਰੇ ਹੀ ਇਕੱਠੇ ਹੋ ਗਏ ਆ, ਹੁਣ ਆਪਸ ਵਿੱਚ ਇਹਨਾਂ ਦੀ ਬਣਦੀ ਨਹੀਂ, ਪਰ ਮੇਰੇ ਮਸਲੇ 'ਤੇ ਸਾਰੇ ਇਕੱਠੇ ਹੋ ਗਏ, ਸਾਰਾ ਪੰਥ ਇਕੱਠਾ ਹੋ ਗਿਆ। ਫਿਰ ਭਾਈ ਰਣਜੀਤ ਸਿੰਘ ਨੂੰ ਸਮਝਣਾ ਚਾਹੀਦਾ ਕਿ ਜੇ ਸਾਰਾ ਪੰਥ ਕਿਸੇ ਗੱਲ 'ਤੇ ਇਕੱਠਾ ਹੋ ਰਿਹਾ ਤੇ ਬਿਲਕੁਲ ਤੂੰ ਉਸ ਦੇ ਵਿੱਚ ਗਲਤੀ ਕਰ ਰਿਹਾ ਹੋਏਗਾ, ਜਿਸ ਕਰਕੇ ਸਾਰਾ ਪੰਥ ਇੱਕ ਮਤ ਹੋ ਰਿਹਾ, ਜਿਨ੍ਹਾਂ ਦੇ ਭਾਵੇਂ ਆਪਸੀ ਕਈ ਮਤਭੇਦ ਵੀ ਹੋਣ, ਵਖਰੇਵੇਂ ਵੀ ਹੋਣ, ਪਰ ਤੇਰੇ ਮਸਲੇ 'ਤੇ ਸਾਰੇ ਇਕੱਠੇ ਹੋ ਰਹੇ ਆ, ਸਾਰਾ ਪੰਥ ਇਕੱਠਾ ਹੋ ਰਿਹਾ, ਅਤੇ ਜ਼ਰੂਰ ਤੈਨੂੰ ਇਸ ਗੱਲ ਦੀ ਜਿਹੜੀ ਪੜਚੋਲ, ਸਵੈ ਪੜਚੋਲ ਕਰਨੀ ਚਾਹੀਦੀ ਹੈ ਕਿ ਜ਼ਰੂਰ ਤੂੰ ਕੁਝ ਗਲਤ ਕਰ ਰਿਹਾ, ਜਿਸ ਕਰਕੇ ਜਿਹੜੇ ਆਪਸੀ ਮਤਭੇਦ ਰੱਖਣ ਵਾਲੇ ਲੋਕ ਆ ਉਹ ਵੀ ਇਸ ਤੇਰੇ ਵਾਲੇ ਮਸਲੇ 'ਤੇ ਸਾਰੇ ਇਕੱਠੇ ਆ। ਇਕੱਠੇ ਕਿਉਂ ਆ? ਕਿਉਂਕਿ ਪੰਥਕ ਸਿਧਾਂਤਾਂ 'ਤੇ ਢਾਹ ਲਾਈ ਜਾ ਰਹੀ ਹੈ, ਸਿੱਖ ਇਤਿਹਾਸ ਨੂੰ ਤੇਰੇ ਵੱਲੋਂ ਰੱਦ ਕੀਤਾ ਜਾ ਰਿਹਾ। ਸਾਡੇ ਆਪਸੀ ਮਤਭੇਦ ਕੋਈ ਵੀ ਹੋਣ, ਪਰ ਕਿਸੇ ਨੂੰ ਵੀ ਇਸ ਗੱਲ ਦਾ ਹੱਕ ਨਹੀਂ ਕਿ ਉਹ ਸਾਡੇ ਅਕਾਲ ਤਖ਼ਤ ਸਾਹਿਬ 'ਤੇ, ਸਾਡੇ ਹਰਿਮੰਦਰ ਸਾਹਿਬ 'ਤੇ, ਸਾਡੇ ਸਿੱਖ ਇਤਿਹਾਸ 'ਤੇ, ਗੁਰਬਾਣੀ 'ਤੇ, ਪਰੰਪਰਾਵਾਂ 'ਤੇ ਟੀਕਾ ਟਿੱਪਣੀ ਕਰੇ। ਬੇਅੰਤੇ ਬੁੱਚੜ ਦਾ ਪੋਤਾ ਰਵਨੀਤ ਬਿੱਟੂ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਟਿੱਪਣੀ ਕਰੇ ਕੋਈ ਵੀ, ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ।
ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਸਾਡੇ ਮਤਭੇਦ ਹੋ ਸਕਦੇ, ਗੁਰਸਿੱਖਾਂ ਦੇ ਆਪਸ ਵਿੱਚ 100 ਮਤਭੇਦ ਹੋ ਸਕਦੇ ਆ, ਪਰ ਰਵਨੀਤ ਬਿੱਟੂ ਜਿਹੜਾ ਬੇਅੰਤੇ ਬੁੱਚੜ ਦਾ ਪੋਤਾ, ਉਸ ਨੂੰ ਗਿਆਨੀ ਹਰਪ੍ਰੀਤ ਸਿੰਘ ਨੂੰ ਮੈਂ ਸਮਝਦਾ ਕੁਝ ਵੀ ਕਹਿਣ ਦਾ ਅਧਿਕਾਰ ਨਹੀਂ ਆ। ਜਦੋਂ ਤੇਰੇ ਬਾਰੇ ਬੱਬੂ ਮਾਨ ਨੇ ਕੁਝ ਕਿਹਾ ਸੀ, ਜਦੋਂ ਕਿ ਉਹਨੇ ਇੱਕ ਗਾਣਾ ਗਾਇਆ ਸੀ, ਤੂੰ ਉਹਦਾ ਵਿਰੋਧ ਕੀਤਾ ਸੀ ਤੇ ਤੁਹਾਡੀ ਲੜਾਈ ਜਿਹੜੀ ਸੀ ਉਹ ਮੀਡੀਆ ਤੇ ਚੱਲ ਪਈ ਸੀ, ਬਕਾਇਦਾ ਟਾਈਮ ਟੀਵੀ ਤੇ ਡਿਬੇਟਾਂ ਚੱਲ ਪਈਆਂ ਸੀ, ਤੇ ਅਸੀਂ ਉਸ ਵੇਲੇ ਤੇਰੇ ਹੱਕ ਵਿੱਚ ਖੜੇ ਸੀ ਜਦੋਂ ਤੂੰ ਸਾਡੇ ਤੋਂ ਮਦਦ ਦੀ ਮੰਗ ਕੀਤੀ ਸੀ। ਬਕਾਇਦਾ ਮੈਂ ਕਦੇ ਤੇਰੇ ਡੇਰੇ ਪਰਮੇਸ਼ਰ ਦੁਆਰ ਨਹੀਂ ਸੀ ਗਿਆ। ਭਾਈ ਰਣਜੀਤ ਸਿੰਘ, ਤੈਨੂੰ ਸਮਝਣਾ ਚਾਹੀਦਾ ਇਸ ਗੱਲ ਨੂੰ, ਮੈਂ ਬੁਢਲਾਡੇ ਦਿਵਾਨ ਲਾ ਰਿਹਾ ਸੀ ਤੇ ਤੂੰ ਮੇਰੇ ਤੋਂ ਮਦਦ ਦੀ ਮੰਗ ਕੀਤੀ ਸੀ ਕਿ ਅੱਜ ਭਗਵੰਤ ਮਾਨ ਡਿਬੇਟ ਤੇ ਆ ਰਿਹਾ, ਉਹਦੇ ਨਾਲ ਡਿਬੇਟ ਤੁਸੀਂ ਕਰ ਸਕਦੇ ਆ। ਮੈਨੂੰ ਬਾਹਰੋਂ ਅਮਰੀਕਾ ਤੋਂ ਫੋਨ ਆਏ ਆ, ਤੁਸੀਂ ਕਿਹਾ ਸੀਗਾ ਕਿ ਤੁਸੀਂ ਡਿਬੇਟ ਕਰ ਸਕਦੇ ਆ, ਉਹਦੇ ਨਾਲ ਤੁਸੀਂ ਡਿਬੇਟ ਕਰੋ, ਤੇ ਮੈਂ ਕਿਹਾ ਸੀ ਕਿ ਮੇਰਾ ਫਰੀਦਕੋਟ ਦੀਵਾਨ ਆ, ਮੈਂ ਫਰੀਦਕੋਟ ਦੀਵਾਨ ਤੇ ਜਾਣਾ। ਭਾਈ ਰਣਜੀਤ ਸਿੰਘ, ਤੂੰ ਕਿਹਾ ਸੀ ਦੀਵਾਨ ਤੁਹਾਡੇ ਵਾਲਾ ਮੈਂ ਲਾਵਾਂਗਾ, ਤੁਸੀਂ ਡਿਬੇਟ ਕਰੋ, ਤੇ ਅੱਜ ਵੀ ਉਹ ਡਿਬੇਟ ਜਿਹੜੀ ਆ ਯੂਟਿਊਬ ਤੇ ਪਈ ਹੋਈ ਆ, ਭਗਵੰਤ ਮਾਨ ਦੇ ਨਾਲ ਕੀਤੀ ਸੀ। ਮੈਂ ਪਟਿਆਲੇ ਭਗਵੰਤ ਮਾਨ ਨਾਲ ਡਿਬੇਟ ਕੀਤੀ ਸੀ ਚੜ੍ਹਦੀ ਕਲਾ ਟਾਈਮ ਟੀਵੀ ਤੇ, ਤੇ ਤੂੰ ਜਾ ਕੇ ਫਰੀਦਕੋਟ ਜਿਹੜਾ ਮੇਰਾ ਸਮਾਗਮ ਸੀਗਾ ਦੀਵਾਨ, ਉਹ ਤੂੰ ਲਾਇਆ ਸੀਗਾ, ਔਰ ਤੂੰ ਮੈਨੂੰ ਫੋਨ ਤੇ ਵੀ ਦੱਸਿਆ ਸੀ ਕਿ ਮੈਂ ਬੜਾ ਸੱਸੋ ਪੰਜੇ ਚ ਸੀਗਾ ਕਿ ਮੈਂ ਇੱਥੇ ਬੋਲਾਂ ਕੀ, ਕਿਉਂਕਿ ਤੁਹਾਨੂੰ ਲੋਕ ਜਿਹੜੇ ਉਹ ਖੜਕੇ ਦੜਕੇ ਵਾਲੇ ਸੁਣਨ ਵਾਲੇ ਆਉਂਦੇ ਤੇ ਮੇਰੇ ਨੂੰ ਮਿੱਠੀਆਂ ਧਾਰਨਾ ਸੁਣਨ ਵਾਲੇ ਆਉਂਦੇ ਆ। ਇਹ ਤੁਹਾਡੀ ਵਰਡਿੰਗ ਸੀ, ਗੱਲਾਂ ਬਹੁਤ ਨੇ, ਚਲੋ ਮੈਂ ਵਿਸਥਾਰ ਵਿੱਚ ਨਾ ਜਾਵਾਂ। ਜਦੋਂ ਤੇਰੇ ਬੱਬੂ ਮਾਨ ਦੇ ਨਾਲ ਮਤਭੇਦ ਪੈਦਾ ਹੋਏ ਸੀ ਤਾਂ ਅਸੀਂ ਉਦੋਂ ਤੇਰੀ ਸਪੋਰਟ ਕੀਤੀ ਸੀ ਕਿ ਸਾਡੇ ਕੋਈ ਪ੍ਰਚਾਰ ਕਰਨ ਵਾਲੇ ਬੰਦੇ ਨੂੰ ਜਿਹੜਾ ਕਥਾ ਕੀਰਤਨ ਕਰਦਾ, ਅੰਮ੍ਰਿਤ ਸੰਚਾਰ ਕਰਦਾ, ਉਹਨੂੰ ਕੋਈ ਗਾਉਣ ਵਾਲਾ ਇਸ ਤਰੀਕੇ ਨਾਲ ਕਿਵੇਂ ਕੋਈ ਜਿਹੜਾ ਹੈਗਾ ਟੀਕਾ ਟਿੱਪਣੀ ਕਰੇ ਜਾਂ ਉਹਦਾ ਵਿਰੋਧ ਕਰੇ, ਉਦੋਂ ਤੇਰੀ ਮਦਦ ਕੀਤੀ ਸੀ। ਅੱਜ ਜਿਹੜੀ ਹੈ ਪੰਥਕ ਸਿਧਾਂਤਾਂ ਦੀ ਗੱਲ, ਅਸੀਂ ਇੱਥੇ ਕਿਸੇ ਜਥੇਬੰਦੀ ਦੀ ਜਾਂ ਕਿਸੇ ਵਿਅਕਤੀ ਵਿਸ਼ੇਸ਼ ਦੀ ਮਦਦ ਨਹੀਂ ਕਰਦੇ, ਅਸੀਂ ਇੱਥੇ ਸਿੱਖ ਸਿਧਾਂਤਾਂ ਦੀ ਗੱਲ, ਸਿੱਖ ਇਤਿਹਾਸ ਦੀ ਗੱਲ, ਪ੍ਰਾਚੀਨ ਪਰੰਪਰਾਵਾਂ ਦੀ ਗੱਲ ਉੱਥੇ ਸਟੈਂਡ ਲੈ ਰਹੇ ਹਾਂ, ਤੇ ਸਾਡੇ ਆਪਸ ਵਿੱਚ ਭਾਵੇਂ 100 ਮਤਭੇਦ ਹੋਣ, ਤੇਰੇ ਵਾਲੇ ਮਸਲੇ ਤੇ ਕੱਤਰਤਾ ਦਾ ਕਾਰਨ ਹੈ ਕਿ ਤੂੰ ਪੰਥ ਦੇ ਖਿਲਾਫ ਜਾ ਰਿਹਾ, ਸਿੱਖ ਇਤਿਹਾਸ ਦੇ ਖਿਲਾਫ ਜਾ ਰਿਹਾ, ਜਿਸ ਕਾਰਨ ਕਰਕੇ ਤੂੰ ਕਹਿੰਦਾ ਬਰਗਾੜੀ ਤੋਂ ਵਿਹਲੇ ਹੋ ਗਏ ਆ। ਮੈਂ ਤੈਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਬਰਗਾੜੀ ਤੂੰ ਪੈਦਾ ਕੀਤਾ ਸੀਗਾ, ਜਿਹੜੇ ਸਿੰਘਾਂ ਦੀ ਸ਼ਹਾਦਤ ਹੋਈ ਸੀ ਉਹ ਤੇਰੇ ਤੇ ਪੰਥ ਪ੍ਰੀਤ ਸਿੰਘ ਕਰਕੇ ਹੋਈ ਸੀਗੀ। ਜਦੋਂ 12 ਅਕਤੂਬਰ ਨੂੰ ਬੇਅਦਬੀ ਹੋਈ ਸੀ ਤੇ ਤੁਸੀਂ ਧਰਨਾ ਲਾਇਆ ਸੀ ਕੋਟਕਪੂਰੇ ਜਾ ਕੇ, ਤੁਸੀਂ ਲੀਡ ਕਰ ਰਹੇ ਸੀ ਭਾਈ ਪੰਥ ਪ੍ਰੀਤ ਸਿੰਘ, ਤੇ ਤੂੰ ਲੀਡ ਕਰ ਰਿਹਾ ਸੀਗਾ ਭਾਈ ਰਣਜੀਤ ਸਿੰਘ, ਤੇ ਮੈਂ ਤਾਂ ਇਟਲੀ ਆਪਣੇ 10 ਦਿਨ ਦੇ ਪ੍ਰੋਗਰਾਮ ਕੈਂਸਲ ਕਰਕੇ 5 ਸਾਥੀਆਂ ਸਮੇਤ ਉੱਥੋਂ ਵਾਪਸੀ ਕੀਤੀ ਤੇ ਉਸ ਮੋਰਚੇ ਵਿੱਚ ਸ਼ਾਮਲ ਹੋਇਆ ਸੀ ਤੁਹਾਡੀ ਸਪੋਰਟ ਲਈ। 13 ਤਰੀਕ ਨੂੰ ਮੈਂ ਆਇਆ ਸੀਗਾ ਉਸ ਵਿੱਚ, ਪਰ ਤੁਸੀਂ ਦੋਨੇ ਜਣੇ ਲੀਡ ਕਰ ਰਹੇ, ਦੋਨੇ ਜਣੇ ਮੈਕ ਤੇ ਬੋਲਦੇ ਸੀ, ਔਰ ਤੁਹਾਡੇ ਇੱਕ ਲਫ਼ਜ਼ ਸੀਗੇ ਉੱਥੇ ਕਿ ਸਾਨੂੰ ਪੁਲਿਸ ਘੜੀਜ ਕੇ ਲੈ ਜੇ, ਸਾਨੂੰ ਡਾਂਗਾਂ ਮਾਰੇ, ਗੋਲੀਆਂ ਮਾਰੇ, ਅਸੀਂ ਇੱਥੋਂ ਜਾਣਾ ਨਹੀਂ, ਇਨਸਾਫ ਦਿਓ ਤੁਸੀਂ ਦੋਨੇ। ਪਰ ਜਦੋਂ ਗੋਲੀਆਂ ਡਾਂਗਾਂ ਦਾ ਮਾਹੌਲ ਬਣ ਗਿਆ ਸੀ ਉਸ ਵੇਲੇ, ਤੂੰ ਅਗਲੇ ਦਿਨ ਮੇਰੇ ਕੋਲ ਸਵੇਰੇ ਜਦੋਂ ਉੱਥੇ ਡਾਂਗ ਪੁਲਿਸ ਨੇ ਖੜਕਾਈ ਆ, ਉਸ ਤੋਂ ਕੁਝ ਮਿੰਟ ਪਹਿਲਾਂ ਮੇਰੇ ਕੋਲ ਪਿੱਛੇ ਬੈਠੇ ਕੋਲ ਆਇਆ ਸੀ ਤੇ ਮੈਨੂੰ ਆ ਕੇ ਕਿਹਾ ਸੀ ਕਿ ਤੁਹਾਡਾ ਤਜਰਬਾ ਇਹ ਮੋਰਚਿਆਂ ਦਾ, ਤੁਸੀਂ ਵੱਖ ਵੱਖ ਮੁੱਦਿਆਂ ਤੇ ਮੋਰਚੇ ਲਾਏ ਆ, ਅਸੀਂ ਨਵੇਂ ਬੰਦੇ ਆ, ਸਾਨੂੰ ਸਲਾਹ ਦਿਓ, ਦੱਸੋ ਕਿ ਕੀ ਹੋਣਾ ਚਾਹੀਦਾ। ਤੇ ਅਜੇ ਸਾਡੀ ਵਿਚਾਰ ਤੁਹਾਡੇ ਨਾਲ ਹੋ ਹੀ ਰਹੀ ਸੀ ਕਿ ਉਧਰੋਂ ਜਿਹੜਾ ਸੀਗਾ ਤੁਸੀਂ ਮੇਰੇ ਕੋਲੋਂ ਗੱਲਬਾਤ ਪੁੱਛ ਕੇ ਗਏ ਸੀ ਤੇ ਉਧਰੋਂ ਡਾਂਗ ਖੜਕ ਗਈ ਸੀ, ਪੁਲਿਸ ਨੇ ਜਿਹੜਾ ਲਾਠੀ ਚਾਰਜ ਕਰ ਦਿੱਤਾ ਸੀਗਾ। ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਤੁਸੀਂ ਕਹਿੰਦੇ ਬਰਗਾੜੀ ਤੋਂ ਵਿਹਲੇ ਹੋ ਗਏ, ਬਰਗਾੜੀ ਤੁਸੀਂ ਪੈਦਾ ਕੀਤਾ ਸੀ, ਬਹਿਬਲ ਤੁਸੀਂ ਪੈਦਾ ਕੀਤਾ ਸੀਗਾ, ਤੁਹਾਡੇ ਕਰਕੇ 2 ਮਾਵਾਂ ਦੇ ਪੁੱਤ ਸ਼ਹੀਦ ਹੋਏ ਸੀ, ਅਸੀਂ 6.5 ਮਹੀਨੇ ਬਰਗਾੜੀ ਬਹਿ ਕੇ ਉਹਨਾਂ ਨੂੰ ਕੋਈ ਇਨਸਾਫ਼ ਦਵਾਇਆ, ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਵਾਇਆ, ਸਰਕਾਰੀ ਨੌਕਰੀਆਂ ਦਵਾਈਆਂ ਨੇ, ਜ਼ਖਮੀਆਂ ਨੂੰ ਜਿਹੜਾ ਹੈਗਾ ਉਹ ਅਸੀਂ ਮਦਦ ਦਵਾਈ ਹੈ, ਔਰ ਜਿਹੜੇ ਦੋਸ਼ੀ ਸੀ ਪੁਲਿਸ ਅਫਸਰ IGSSP ਵਰਗੇ ਉਹਨਾਂ ਦੇ ਨਾਂ ਪਰਚੇ 'ਚ ਦਰਜ ਕਰਵਾਏ ਆ। ਇਹ ਵੱਖਰੀ ਗੱਲ ਆ ਕਿ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਦੀਆਂ ਜ਼ਮਾਨਤਾਂ ਹੋ ਗਈਆਂ। ਬੇਅਦਬੀ ਕਾਂਡ ਦੇ ਦੋਸ਼ੀ 27 ਅੱਜ ਵੀ ਰਿਕਾਰਡ ਜਾ ਕੇ ਦੇਖ ਸਕਦੇ ਆ, ਉਹਨਾਂ ਦੀ ਗ੍ਰਿਫਤਾਰੀ ਕਿਹਨੇ ਕਰਵਾਈ? ਬਰਗਾੜੀ ਮੋਰਚੇ ਨੇ ਉਹਨਾਂ ਦੀ ਗ੍ਰਿਫਤਾਰੀ ਕਰਵਾਈ। ਅਸੀਂ ਬਰਗਾੜੀ ਬੈਠ ਕੇ ਅਸੀਂ ਇਨਸਾਫ਼ ਦਵਾਇਆ, ਤੁਸੀਂ ਤੇ ਸ਼ਹੀਦ ਕਰਾ ਕੇ ਭੱਜ ਆਏ, ਮੁੜ ਕੇ ਬਰਗਾੜੀ ਵੱਲ ਮੂੰਹ ਨਹੀਂ ਕੀਤਾ, ਕੋਟਕਪੂਰੇ ਬਹਿਬਲ ਵੱਲ ਮੂੰਹ ਨਹੀਂ ਕੀਤਾ ਅੱਜ ਤੱਕ, ਤੇ ਅਸੀਂ ਤੇ ਫਿਰ ਉਹਨਾਂ ਨੂੰ ਕੁਝ ਇਨਸਾਫ਼ ਦਵਾਇਆ ਉੱਥੇ ਬੈਠ ਕੇ, ਤੁਸੀਂ ਸ਼ਹੀਦ ਕਰਵਾਏ। ਅੱਜ ਤੂੰ ਕਹਿ ਰਿਹਾ ਕਿ ਸਾਨੂੰ ਜਾਣ ਦੀ ਕੀਮਤ ਦਾ ਪਤਾ ਵਾ, ਅਸੀਂ ਕੋਈ ਮਰਵਾਉਣਾ ਨਹੀਂ, ਕਿਉਂ ਨਹੀਂ ਮਰਵਾਏ? ਅਸੀਂ ਵੀ ਸੰਘਰਸ਼ ਕੀਤਾ ਸੌਦਾ ਸਾਧ ਦੇ ਖਿਲਾਫ਼, ਮੈਂ ਜਿੰਨਾ ਚਿਰ ਲੜਿਆ ਸੌਦਾ ਸਾਧ ਦੇ ਖਿਲਾਫ਼, ਮੇਰਾ ਭਾਵੇਂ ਮੇਰੇ ਤੇ ਮੁਕੱਦਮੇ ਦਰਜ ਹੋਏ, ਮੈਨੂੰ ਜੇਲ੍ਹਾਂ 'ਚ ਡੱਕਿਆ, ਸਾਡੇ 'ਤੇ ਲਾਠੀਚਾਰਜ ਹੋਇਆ, ਪਰ ਸਾਡਾ ਇੱਕ ਵੀ ਜਿਹੜਾ ਨਾਲ ਜਥੇ ਜਿੱਥੇ ਅਸੀਂ ਲੀਡ ਕਰ ਰਹੇ ਸੀ ਉੱਥੇ ਕੋਈ ਬੰਦਾ ਮਿਸ ਨਹੀਂ ਹੋਇਆ। ਤੂੰ ਕਹਿੰਦਾ ਮੈਨੂੰ ਜਾਣ ਦੀ ਕੀਮਤ ਦਾ ਪਤਾ, ਤੂੰ ਤੇ ਮਰਵਾਇਆ, ਲੜਾਈ ਤੇਰੀ ਸੀ ਬਾਬੇ ਹਰਨਾਮ ਸਿੰਘ ਦੇ ਨਾਲ ਤੇ ਤੂੰ ਮਰਵਾਤਾ ਭੁਪਿੰਦਰ ਸਿੰਘ, ਤੁਸੀਂ ਬੈਠੇ ਸੀ ਦੋ ਜਾਣੇ ਲੀਡ ਕਰ ਰਹੇ ਸੀਗੇ ਕੋਟਕਪੂਰੇ ਦੇ, ਮਰਵਾ ਤੇ ਕ੍ਰਿਸ਼ਨ ਭਗਵਾਨ ਸਿੰਘ ਨਿਆਮੀ ਵਾਲਾ ਤੇ ਗੁਰਜੀਤ ਸਿੰਘ ਸਰਾਵਾਂ ਤੇ ਅਨੇਕਾਂ ਜ਼ਖਮੀ ਕਰਾਤੇ,
ਅਜੇ ਤੂੰ ਕਹਿੰਦਾ ਕਿ ਮੈਂ ਜਿਹੜਾ ਹੈਗਾ ਮੈਨੂੰ ਜਾਣ ਦੀ ਕੀਮਤ ਦਾ ਪਤਾ, ਮੈਂ ਕੋਈ ਮਰਵਾਉਣਾ ਨਹੀਂ। ਤੂੰ ਤਾਂ ਤਿੰਨ ਮਰਵਾਏ ਆ ਤੁਸੀਂ, ਪੰਥਪ੍ਰੀਤ ਸਿੰਘ ਨੇ ਤੇ ਤੂੰ, ਦੋਨਾਂ ਨੇ ਬਹਿਬਲ ਵਾਲੇ ਦੋ ਮਰਵਾਏ, ਅਨੇਕਾਂ ਜ਼ਖਮੀ ਕਰਾਏ, ਤੇ ਇੱਕ ਜਿਹੜਾ ਸੀਗਾ ਤੂੰ ਉੱਥੇ ਭੁਪਿੰਦਰ ਸਿੰਘ ਮਰਵਾਇਆ। ਕਹਿੰਦਾ ਸਾਨੂੰ ਆ ਕਿ ਬਰਗਾੜੀ ਤੋਂ ਵਿਹਲੇ ਹੋ ਗਏ ਤੇ ਮੇਰੇ ਵਾਲੇ ਪਾਸੇ ਹੋ ਗਏ, ਅਸੀਂ ਬਰਗਾੜੀ ਕੋਈ ਇਨਸਾਫ ਦਵਾਇਆ, ਜਿਨ੍ਹਾਂ ਨੂੰ ਤੁਸੀਂ ਸ਼ਹੀਦ ਕੀਤਾ, ਜਿਨ੍ਹਾਂ ਨੂੰ ਤੁਸੀਂ ਮਰਵਾਇਆ ਉੱਥੇ, ਅਸੀਂ ਉਹਨਾਂ ਨੂੰ ਕੁਝ ਇਨਸਾਫ ਲੈ ਕੇ ਦਿੱਤਾ, ਅਸੀਂ ਉੱਥੇ ਜਿਹੜਾ ਸੰਘਰਸ਼ ਕੀਤਾ। ਸੋ ਮੈਂ ਤੈਨੂੰ ਅਜੇ ਵੀ ਇਹ ਜਿਹੜੀ ਨੇਕ ਸਲਾਹ ਦੇਣੀ ਚਾਹੁੰਦਾ ਕਿ ਗੱਲਾਂ ਕਹਿਣ ਨੂੰ ਬਹੁਤ ਨੇ, ਬਹੁਤ ਲੰਬੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਨੇ, ਪਰ ਮੈਂ ਬਹੁਤੇ ਵਿਸਥਾਰ ਵਿੱਚ ਨਹੀਂ ਜਾਣਾ। ਮੈਂ ਤੇਰੀ ਗੱਲ ਦਾ ਜਵਾਬ ਦੇਣਾ ਕਿ ਇਹ ਨਜ਼ਲਾ ਨਹੀਂ ਹੈ ਤੇਰੇ ਤੇ ਝਾੜ ਰਹੇ, ਤੈਨੂੰ ਸਿਧਾਂਤ ਸਮਝਾ ਰਹੇ ਆ। ਤੂੰ ਕਿਹਾ ਵੀ ਮੈਂ ਸਿਧਾਂਤ ਤੇ ਰਹੂੰ, ਮੈਂ ਪੈਰਾਂ 'ਚ ਨਹੀਂ ਬੈਠਣਾ, ਤੈਨੂੰ ਕੋਈ ਪੈਰਾਂ 'ਚ ਨਹੀਂ ਬਹਾਉਣਾ ਚਾਹੁੰਦਾ ਆਪਣੇ, ਪਰ ਮੇਰੀ ਗੱਲ ਦਾ ਯਾਦ ਰੱਖੀ, ਮੈਂ ਤੇਰੀ ਬਹਾਦਰੀ ਨੂੰ ਜਾਣਦਾ ਵਾਂ ਵੀ ਤੂੰ ਕਿੰਨਾ ਕੁ ਬਹਾਦਰ ਆ। ਤੂੰ ਤੇ ਪੈਰਾਂ ਦੀ ਗੱਲ, ਤੈਨੂੰ ਕੋਈ ਪੈਰਾਂ 'ਚ ਨਾ ਗਿਆਨੀ ਹਰਪ੍ਰੀਤ ਸਿੰਘ, ਨਾ ਜਥੇਦਾਰ ਅਮਰੀਕ ਸਿੰਘ ਅਜਨਾਲਾ, ਕੋਈ ਤੈਨੂੰ ਪੈਰਾਂ 'ਚ ਨਹੀਂ ਪਾਉਣਾ ਚਾਹੁੰਦਾ। ਭਰਾਵਾਂ ਤੌਰ ਤੇ ਵਿਚਾਰ ਚਰਚਾ ਕਰਨੀ ਚਾਹੁੰਦੇ ਆ, ਹੋਏ ਇਕੱਤਰ ਮਿਲੋ, ਮੇਰੇ ਭਾਈ ਦੁਬਧਾ ਦੂਰ ਕਰੋ ਲਿਵਲਾਏ, ਪਰ ਤੂੰ ਕਹਿੰਦਾ ਮੈਂ ਪੈਰਾਂ 'ਚ ਨਹੀਂ ਬਹਿਣਾ। ਤੂੰ ਆਉਣ ਵਾਲਾ ਸਮਾਂ ਤੂੰ ਉਡੀਕ, ਮੇਰੀ ਗੱਲ ਯਾਦ ਰੱਖੀ, ਪੈਰ ਤਾਂ ਛੱਡ, ਤੂੰ ਤੇ ਪੈਰਾਂ ਦੇ ਥੱਲੇ ਵੀ ਟੂਆ ਕੱਢ ਕੇ ਡੂੰਘੇ ਥਾਂ 'ਚ ਬੈਠੇਗਾ ਤੂੰ ਆਉਣ ਵਾਲੇ ਦਿਨਾਂ 'ਚ। ਤੂੰ ਦੇਖ ਲਈ ਇਹ ਸਮਾਂ ਕੋਈ ਬਹੁਤਾ ਚਿਰ ਨਹੀਂ, ਉਤਰਾਅ ਚੜ੍ਹਾਅ ਜ਼ਿੰਦਗੀ ਦੇ ਬਣੇ ਰਹਿੰਦੇ ਆ, ਪਰ ਤੂੰ ਤਾਂ ਡੂੰਘਾ ਟੋਆ ਕੱਢ ਕੇ ਬੈਠੇਗਾ। ਮੈਂ ਜਾਣਦਾ ਜਿਸ ਤਰੀਕੇ ਦੇ ਨਾਲ ਤੂੰ ਜਿਹੜੀਆਂ ਗੱਲਾਂ ਅੱਜ ਕਰ ਰਿਹਾ, ਤੂੰ ਕਿੰਨਾ ਕੁ ਬਹਾਦਰ ਆ, ਮੈਂ ਤੇਰੀ ਬਹਾਦਰੀ ਨੂੰ ਵੀ ਜਾਣਦਾ। ਮੈਨੂੰ ਉਹ ਵੀ ਦਿਨ ਯਾਦ ਆ ਜਦੋਂ ਬਰਗਾੜੀ ਬਹਿਬਲ ਕੋਟਕਪੂਰਾ ਕਾਂਡ ਤੋਂ ਬਾਅਦ ਤੇ ਪੰਥਪ੍ਰੀਤ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਤੈਨੂੰ ਜਿਹੜਾ ਸੀਗਾ ਪਟਿਆਲੇ ਆਈ ਜੀ ਉਮਰਾ ਨੰਗਲ ਲੈ ਗਿਆ। ਕਿੱਥੇ ਰੱਖਿਆ ਤੈਨੂੰ? ਤੈਨੂੰ ਆਪ ਹੀ ਦੱਸ ਦੇਣਾ ਚਾਹੀਦਾ ਵੀ ਪੰਥਪ੍ਰੀਤ ਸਿੰਘ ਅੰਦਰ ਸੀ, ਉਹਨੂੰ ਤੀਜੇ ਦਿਨ ਛਡਵਾਇਆ ਸੰਸਕਾਰ ਤੇ, ਬਕਾਇਦਾ ਉਹਨੂੰ ਉੱਥੇ ਸੰਗਤਾਂ ਦੇ ਰੋਹ ਦੇ ਅੱਗੇ ਸਰਕਾਰ ਨੂੰ ਛੱਡਣਾ ਪਿਆ ਤੇ ਉਹਨੂੰ ਇੱਥੇ ਛਡਵਾਇਆ, ਪਰ ਅੰਦਰ ਉਹਨੂੰ ਕੀ ਗੱਲ ਕਰਕੇ ਆਇਆ ਸੀ ਜਦੋਂ ਕਿ ਤੁਸੀਂ 17 ਤਰੀਕ ਨੂੰ ਬਰਗਾੜੀ ਜਾ ਕੇ ਧਰਨੇ ਦੇ ਵਿੱਚ ਤੇ ਜਿਹੜਾ ਲਗਾਤਾਰ ਚੱਲ ਰਿਹਾ ਉਹਨੂੰ 3 ਘੰਟੇ ਦਾ ਕਰਤਾ ਸੀ, ਜਿਹੜਾ ਤੁਸੀਂ ਸਮਝੌਤਾ ਕੀਤਾ ਸੀ ਸਰਕਾਰ ਦੇ ਨਾਲ 3 ਘੰਟੇ ਦਾ, ਭਾਵੇਂ ਕਿ ਤੁਹਾਡਾ ਸੰਗਤਾਂ ਨੇ ਮੰਗਿਆ ਨਹੀਂ, ਮੰਨਿਆ ਨਹੀਂ, ਉੱਥੇ ਹੀ ਸੰਗਤਾਂ ਨੇ ਵਿਰੋਧ ਕਰ ਦਿੱਤਾ ਸੀ ਬਰਗਾੜੀ, ਜਿਹਨੂੰ ਖੁਦ ਮੈਂ ਫਿਰ ਮੈਕ ਫੜ ਕੇ ਉਸ ਚੀਜ਼ ਨੂੰ ਕੰਟਰੋਲ ਕੀਤਾ ਸੀਗਾ। ਪਰ ਤੁਹਾਨੂੰ ਯਾਦ ਹੋਣਾ ਚਾਹੀਦਾ ਵੀ ਬਰਗਾੜੀ ਤੋਂ ਕੋਟਕ ਆਪਣਾ ਬਠਿੰਡੇ ਪ੍ਰੈਸ ਕਾਨਫਰੰਸ ਕਰਨ ਤੁਸੀਂ ਆਏ ਸੀ, ਅੱਧੇ ਪੌਣੇ ਘੰਟੇ ਦਾ ਰਸਤਾ, ਅੱਧੇ ਪੌਣੇ ਘੰਟੇ 'ਚ ਤੁਹਾਨੂੰ ਕਿੰਨੀਆਂ ਗਾਲਾਂ ਸੋਸ਼ਲ ਮੀਡੀਆ 'ਤੇ ਨਿਕਲੀਆਂ ਤੇ ਕਿੰਨੇ ਲੋਕਾਂ ਨੇ ਤੁਹਾਡਾ ਵਿਰੋਧ ਕੀਤਾ ਸੀ, ਤੁਹਾਨੂੰ ਉਹ ਗੱਲ ਵੀ ਚੇਤੇ ਕਰਨੀ ਚਾਹੀਦੀ ਹੈ। ਔਰ ਤੁਸੀਂ ਉਹ 3 ਘੰਟੇ ਦਾ ਪ੍ਰੋਗਰਾਮ ਕੀਤਾ ਸੀ ਜਦੋਂ ਕਿ ਤੁਹਾਡੀ ਕਿਸੇ ਨੇ ਨਹੀਂ ਮੰਨੀ, ਔਰ ਸੰਗਤਾਂ ਜਿਹੜੀਆਂ ਲਗਾਤਾਰ ਭੋਗ ਤੱਕ ਜਿਹੜੀਆਂ ਸੀ ਸੜਕਾਂ ਤੇ ਬੈਠੀਆਂ ਰਹੀਆਂ, ਭੋਗ ਵਾਲੇ ਦਿਨ ਸੰਗਤਾਂ ਨੂੰ ਅਪੀਲ ਕੀਤੀ, ਜਿਹੜਾ ਮਤਾ ਪਾਇਆ ਸੀ ਉਹ ਮਤੇ ਤੇ ਪਹਿਰਾ ਦਿੰਦਿਆਂ ਸੰਗਤਾਂ ਜਿਹੜੀਆਂ ਸੀ ਉੱਠੀਆਂ ਸੀਗੀਆਂ, ਨਹੀਂ ਤਾਂ ਤੁਹਾਡੀ ਤਾਂ ਕਿਸੇ ਨੇ ਉਦੋਂ ਮੰਨੀ ਨਹੀਂ ਸੀਗੀ। ਤੁਸੀਂ 3 ਘੰਟੇ ਦਾ ਕੀਤਾ, 3 ਘੰਟੇ ਦਾ ਤੁਸੀਂ ਜਿੱਥੇ ਜਿੱਥੇ ਕਿਤੇ 2-4 ਆਪਣੇ ਜਿਹੜੇ ਸ਼ਰਧਾਲੂ ਲੈ ਕੇ ਧਰਨੇ ਲਾਉਂਦੇ ਰਹੇ ਉੱਥੇ ਹੀ ਲੱਗੇ 3 ਘੰਟੇ, ਕੋਈ ਤੁਹਾਡੀ ਕਿਸੇ ਨੇ ਨਹੀਂ ਮੰਨੀ। ਪਰ ਮੈਂ ਇੱਕ ਗੱਲ ਤੁਹਾਨੂੰ ਕਹਿਣੀ ਚਾਹੁੰਦਾ ਕਿ ਤੁਸੀਂ ਉਹ ਕੀ ਕੀਤਾ ਸੀ ਸਮਝੌਤਾ, ਉਹ ਵੀ ਤੁਹਾਨੂੰ ਦੱਸਣਾ ਚਾਹੀਦਾ, ਤੁਹਾਡਾ ਸਮਝੌਤਾ ਜਿਹੜਾ ਸੀਗਾ ਉਹ ਕੀ ਹੋਇਆ ਸੀਗਾ। ਤੂੰ ਕਹਿੰਦਾ ਸਾਡੇ ਸਮਾਗਮ, ਸਾਡੇ ਸਮਾਗਮ ਕਿਤੇ ਸਾਨੂੰ ਤਾਂ ਗ੍ਰਿਫਤਾਰ, ਬਾਜੇ ਖਾਨੇ ਤੋਂ ਸਾਡੇ ਸਮਾਗਮਾਂ ਤੋਂ ਸਾਨੂੰ ਗ੍ਰਿਫਤਾਰ ਕੀਤਾ, ਵਿਰੋਧ ਸਰਸੇ ਵਾਲੇ ਕਰ ਰਹੇ ਸੀਗੇ, ਭੀਖੀ ਤੋਂ ਗ੍ਰਿਫਤਾਰ ਸਾਨੂੰ ਕੀਤਾ, ਮੁਕੱਦਮਾ ਸਾਡੇ ਤੇ ਪਾਇਆ ਤੇ ਵਿਰੋਧ ਸਰਸੇ ਵਾਲੇ ਕਰ ਰਹੇ ਸੀਗੇ, ਸਰਸੇ ਵਾਲਿਆਂ ਦੇ ਵਿਰੋਧ ਤੇ ਸਾਨੂੰ ਸਰਕਾਰਾਂ ਪ੍ਰੋਟੈਕਸ਼ਨ ਨਹੀਂ ਦਿੱਤੀ, ਸਾਨੂੰ ਤਾਂ ਸਰਕਾਰਾਂ ਨੇ ਗ੍ਰਿਫਤਾਰ ਕਰ ਜੇਲ੍ਹਾਂ 'ਚ ਡੱਕਿਆ, ਮੁਕੱਦਮੇ ਦਰਜ ਕੀਤੇ, ਤੈਨੂੰ ਪ੍ਰੋਟੈਕਸ਼ਨ ਦੇ ਰਹੇ ਆ, ਤੈਨੂੰ ਬਕਾਇਦਾ ਜਿਹੜੇ ਗੰਨਮੈਨ ਦਿੱਤੇ ਹੋਏ ਆ, ਤੂੰ ਜੈੱਡ ਸਿਕਿਉਰਿਟੀ ਲੈਣ ਦੀਆਂ ਹੁਣ ਗੱਲਾਂ ਕਰ ਰਿਹਾ, ਲੈ ਲਾ ਜੈੱਡ ਸਿਕਿਉਰਿਟੀ, ਕੋਈ ਗੱਲ ਨਹੀਂ, ਸਾਨੂੰ ਕੋਈ ਤੇਰੀ ਸਿਕਿਉਰਿਟੀ ਨਾਲ ਕੋਈ ਇਤਰਾਜ਼ ਨਹੀਂ, ਜਿੰਨੀ ਮਰਜ਼ੀ ਲੈ ਲਾ, ਪਰ ਸਿੱਖ ਇਤਿਹਾਸ ਤੇ ਜਦੋਂ ਟੀਕਾ ਟਿੱਪਣੀ ਕਰੇਗਾ ਪਰੰਪਰਾਵਾਂ ਤੇ ਸਾਨੂੰ ਸਖ਼ਤ ਇਤਰਾਜ਼ ਆ, ਅਸੀਂ ਇਸ ਗੱਲ ਦੀ ਹਰਗਿਜ਼ ਇਜਾਜ਼ਤ ਨਹੀਂ ਦਿੰਦੇ ਤੈਨੂੰ, ਤੇ ਉਤਰਾਅ ਚੜ੍ਹਾਅ ਜਿਹੜੇ ਜ਼ਿੰਦਗੀ 'ਚ ਬਣੇ ਰਹਿੰਦੇ, ਸਮਾਂ ਸਦਾ ਇੱਦਾਂ ਨਹੀਂ ਰਹਿੰਦਾ। ਜਿਸ ਤਰੀਕੇ ਦੇ ਨਾਲ ਤੂੰ ਅੱਜ ਹਉਮੈ ਹੰਕਾਰ ਦੇ ਵਿੱਚ ਗੱਲਾਂ ਕਰ ਰਿਹਾ, ਤੈਨੂੰ ਹਉਮੈ ਹੰਕਾਰ ਨਿਮਰਤਾ 'ਚ ਆਉਣਾ ਚਾਹੀਦਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵੀ ਬਚਨ ਤੇ ਅਰਦਾਸ ਦੇ ਵੀ ਬੋਲ ਆ ਕਿ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਅੱਜ ਤੇਰਾ ਮਨ ਜਿਹੜਾ ਉਹ ਉੱਚਾ ਹੋਇਆ ਤੇ ਮਤ ਨੀਵੀਂ ਕਰੀ ਬੈਠਾ ਤੂੰ, ਤੈਨੂੰ ਮਨ ਨੀਵਾਂ ਕਰਨਾ ਚਾਹੀਦਾ, ਮਤ ਉੱਚੀ ਤਾਂ ਹੋਣੀ ਆ, ਮਨ ਨੀਵਾਂ ਕਰ, ਨਿਮਰਤਾ 'ਚ ਆ। ਇਸ ਤਰ੍ਹਾਂ ਦੀਆਂ ਗੱਲਾਂ ਅੱਜ ਤੈਨੂੰ ਸਾਡਾ ਨਜ਼ਲਾ ਝਾੜਨਾ ਲੱਗ ਗਿਆ, ਤੈਨੂੰ ਸਾਡੀ ਬਰਗਾੜੀ ਦਿਸਣ ਲੱਗ ਗਈ, ਜਦੋਂ ਕਿ ਬਰਗਾੜੀ ਜਿਹੜਾ ਸੀ ਕੋਟਕਪੂਰਾ, ਤੁਸੀਂ ਉੱਥੇ ਪੁੱਤ ਮਰਵਾਏ ਮਾਵਾਂ ਦੇ, ਅਸੀਂ ਇਨਸਾਫ ਦਵਾਇਆ, ਜਦੋਂ ਤੈਨੂੰ ਸਪੋਰਟ ਦੀ ਲੋੜ ਸੀ ਉਦੋਂ ਵੀ ਅਸੀਂ ਤੇਰੀ ਸਪੋਰਟ ਕੀਤੀ, ਔਰ ਤੇਰੀ ਤਾਂ ਮੰਗੇ ਤੇ ਸਪੋਰਟ ਕੀਤੀ, ਇੱਥੇ ਤਾਂ ਸਾਡੇ ਤੋਂ ਕਿਸੇ ਨੇ ਸਪੋਰਟ ਨਹੀਂ ਮੰਗੀ, ਅਸੀਂ ਆਪਣਾ ਫਰਜ਼ ਸਮਝਦੇ ਹੋਏ ਕਿ ਜਦੋਂ ਕੋਈ ਗੁਰਬਾਣੀ ਤੇ ਸਿੱਖ ਇਤਿਹਾਸ ਤੇ ਜਾਂ ਸਿੱਖ ਪਰੰਪਰਾਵਾਂ ਤੇ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਹਰਿਮੰਦਰ ਸਾਹਿਬ ਤੇ ਕੋਈ ਬੋਲਦਾ ਤੇ ਅਸੀਂ ਉੱਥੇ ਜਿਹੜਾ ਆਪਣਾ ਫਰਜ਼ ਸਮਝਦੇ ਹੋਏ, ਅੱਜ ਰਵਨੀਤ ਬਿੱਟੂ ਬੋਲਿਆ ਬੇਅੰਤੇ ਬੁੱਚੜ ਦਾ ਪੋਤਾ, ਤੇ ਅਸੀਂ ਉਹਨੂੰ ਜਵਾਬ ਦੇ ਰਹੇ ਹਾਂ, ਗਿਆਨੀ ਹਰਪ੍ਰੀਤ ਸਿੰਘ ਨਾਲ ਸਾਡੇ ਮਤਭੇਦ ਹੋ ਸਕਦੇ ਆ, ਪਰ ਰਵਨੀਤ ਬਿੱਟੂ ਨੂੰ ਕੋਈ ਹੱਕ ਨਹੀਂ ਅਸੀਂ ਦਿੰਦੇ ਕਿ ਉਹ
ਆਪਣਾ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਕੋਈ ਬੋਲੇ, ਸਾਡੇ ਆਪਸੀ ਗੁਰਸਿੱਖਾਂ ਦੇ ਕੋਈ ਕਈ ਤਰ੍ਹਾਂ ਦੇ ਜਿਹੜੇ ਹੈਗੇ ਆ ਮਤਭੇਦ ਹੋ ਸਕਦੇ, ਤੇਰੇ ਨਾਲ ਵੀ ਉਸੇ ਤਰੀਕੇ ਦੇ ਨਾਲ ਅਸੀਂ ਕਰ ਰਹੇ ਹਾਂ ਕਿ ਮਤਭੇਦ ਹੋ ਸਕਦੇ, ਤੂੰ ਜਿਹੜਾ ਹੈ ਬੰਦਿਆਂ ਵਾਂਗੂ ਜਿਹੜੀ ਗੱਲ ਹੈ ਇਹਨੂੰ ਸਮਝ ਲੈ, ਚੰਗੀ ਗੱਲ ਆ ਤੇਰੇ ਵਾਸਤੇ, ਮਨ ਨੂੰ ਨੀਵਾਂ ਕਰ ਮਤ ਉੱਚੀ ਕਰ, ਮਤ ਮਨ ਉੱਚਾ ਕਰਕੇ ਮਤ ਨੀਵੀਂ ਨਾ ਕਰ, ਤੈਨੂੰ ਬੜੇ ਪਿਆਰ ਸਤਿਕਾਰ ਦੇ ਨਾਲ ਤੈਨੂੰ ਜਿਹੜੀ ਇਸ ਗੱਲ ਦੀ ਸਲਾਹ ਦੇ ਰਹੇ ਹਾਂ, ਭਾਵੇਂ ਤੈਨੂੰ ਅੱਜ ਮੈਂ ਸਮਝਦਾ ਸਲਾਹ ਦੀ ਲੋੜ ਨਹੀਂ, ਅੱਜ ਤੂੰ ਕਿਹੜੇ ਹੱਥਾਂ ਚ ਖੇਡ ਰਿਹਾ ਰੱਬ ਹੀ ਜਾਣਦਾ ਵਾ, ਤੇ ਤੈਨੂੰ ਸ਼ਾਇਦ ਖੁਦ ਨੂੰ ਵੀ ਨਾ ਪਤਾ ਹੋਵੇ, ਕਿਉਂਕਿ ਜਿਹੜੇ ਬੰਦੇ ਖੁਦ ਹੱਥਾਂ ਚ ਖੇਡ ਜਾਂਦੇ ਆ ਏਜੰਸੀਆਂ ਕਦੋਂ ਵਰਤ ਜਾਂਦੀਆਂ ਪਤਾ ਵੀ ਨਹੀਂ ਲੱਗਦਾ, ਜਿਹੜੀਆਂ ਹੱਥਾਂ ਜਾਣ ਜਿਹੜੀਆਂ ਏਜੰਸੀਆਂ ਤੇਰੇ ਪਿੱਛੇ ਖੜੀਆਂ ਅੱਜ ਹਰਿਮੰਦਰ ਸਾਹਿਬ ਤੋਂ ਅਕਾਲ ਤਖ਼ਤ ਸਾਹਿਬ ਤੋਂ ਅੰਮ੍ਰਿਤ ਸਰੋਵਰ ਤੋਂ ਸ਼ਰਧਾ ਤੜਾਉਣ ਵਾਸਤੇ, ਸ਼ਾਇਦ ਤੈਨੂੰ ਵੀ ਨਾ ਪਤਾ ਹੋਵੇ ਕਿ ਤੈਨੂੰ ਉਹ ਕਿਹੜੀਆਂ ਏਜੰਸੀਆਂ ਜਿਹੜੀਆਂ ਨੇ ਉਹ, ਪਰ ਇਹ ਜਿਹੜੀਆਂ ਇਹ ਪੂੰਝ ਕੇ ਸਿੱਟ ਦਿੰਦੇ ਆ, ਜਿਵੇਂ ਟਿਸ਼ੂ ਪੇਪਰ ਨੂੰ ਪੂੰਝ ਕੇ ਸਿੱਟ ਦੇਈਦਾ ਨਾ, ਵਰਤ ਕੇ ਸਿੱਟ ਦੇਈਦਾ, ਇਹਨਾਂ ਨੇ ਤੈਨੂੰ ਵਰਤ ਕੇ ਪੂੰਝ ਕੇ ਸਿੱਟ ਦੇਣਾ, ਤੇਰੇ ਪੱਲੇ ਕੁਛ ਨਹੀਂ ਰਹਿਣਾ, ਸੰਗਤ ਚ ਬੜਾ ਮਾਣ ਸਤਿਕਾਰ ਆ ਸੰਸਾਰ ਦੇ ਵਿੱਚ, ਉਸ ਮਾਣ ਸਤਿਕਾਰ ਨੂੰ ਬਹਾਲ ਕਰ, ਅੱਜ ਜਿਹਨੂੰ ਤੂੰ ਖੁਦ ਢਾਹ ਲਾਈ ਆ, ਅੱਜ ਜਿਹੜੇ ਲੋਕ ਜਿਹੜੇ ਸੀਗੇ ਨੀਜਾਂ ਲਾ ਲਾ ਉਡੀਕਦੇ ਹੁੰਦੇ ਸੀ ਹਮੇਸ਼ਾ ਤੈਨੂੰ, ਅੱਜ ਉਹ ਤੇਰੇ ਵਿਰੋਧ ਵਿੱਚ ਖੜੇ ਆ, ਕਿਉਂ ਖੜੇ ਆ, ਤੈਨੂੰ ਇਸ ਗੱਲ ਦਾ ਸਮਝ ਜਿਹੜੀ ਆ ਉਹ ਲੈਣੀ ਚਾਹੀਦੀ ਹੈ। ਸੋ ਇਸ ਕਰਕੇ ਮੈਂ ਇੱਕ ਤੈਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਤੈਨੂੰ ਬਰਗਾੜੀ ਤੇਰੇ ਮੂੰਹੋਂ ਬਰਗਾੜੀ ਨਹੀਂ ਫੱਬਦੀ, ਤੁਸੀਂ ਤਾਂ ਮਰਵਾਏ ਸੀ ਉੱਥੇ, ਅਸੀਂ ਤਾਂ ਇਨਸਾਫ ਦਵਾਇਆ, ਤੇਰੇ ਮੂੰਹੋਂ ਇਹ ਗੱਲਾਂ ਨਹੀਂ ਸੱਜਦੀਆਂ ਜਿਹੜੀਆਂ ਗੱਲਾਂ ਤੂੰ ਕਰ ਰਿਹਾ ਸੀ, ਇਸ ਕਰਕੇ ਤੈਨੂੰ ਗਰੇਜ਼ ਕਰਨਾ ਚਾਹੀਦਾ, ਫਿਰ ਵੀ ਕੋਈ ਗੱਲ ਕਰੇਗਾ ਤੇ ਜਵਾਬ ਦੇਣ ਵਾਸਤੇ ਹਮੇਸ਼ਾ ਤਿਆਰ ਆ। ਬਾਕੀ ਤੈਨੂੰ ਵੀ ਇਹ ਗੱਲ ਕਹਿੰਦੇ ਆ ਤੇ ਤੇਰੇ ਪੈਰੋਕਾਰਾਂ ਨੂੰ ਵੀ ਜਿਹੜੇ ਝੂਠੇ ਕਮੈਂਟ ਕਰਦੇ ਆ ਜਾਂ ਜਾਣ ਬੁੱਝ ਕੇ ਤੇਰੀ ਜਿਹੜੀ ਹੈਗਾ ਪਿੱਠ ਪੂਰਨ ਵਾਸਤੇ ਗਲਤ ਕਮੈਂਟ ਕਰਦੇ ਆ, ਬਰਗਾੜੀ ਕਾਂਡ ਜਾਂ ਕਿਸੇ ਵੀ ਗੱਲ ਦੇ ਉੱਤੇ ਜਿੱਥੇ ਮਰਜ਼ੀ ਡਿਬੇਟ ਰੱਖ ਲਓ, ਟੀਵੀ ਚੈਨਲ ਤੇ ਰੱਖ ਲਓ, ਅਸੀਂ ਤੇਰੇ ਵਾਂਗੂ ਭੱਜਦੇ ਨਹੀਂ ਆ, ਅਸੀਂ ਉੱਥੇ ਆ ਕੇ ਹਰ ਗੱਲ ਦਾ ਜਵਾਬ ਦੇਵਾਂਗੇ। ਸੰਗਤ ਚ ਰੱਖ ਲਓ, ਸੰਗਤ ਚ ਦਰੀ ਤੇ ਬੈਠ ਕੇ ਤੁਹਾਡੇ ਨਾਲ ਵਿਚਾਰ ਕਰਨ ਨੂੰ ਤਿਆਰ ਆ, ਕਿਸੇ ਸਟੂਡੀਓ ਚ ਰੱਖ ਲਓ, ਟੀਵੀ ਚੈਨਲਾਂ ਤੇ ਰੱਖ ਲਓ, ਉੱਥੇ ਹਰ ਗੱਲ ਦਾ ਜਵਾਬ ਦੇਣ ਨੂੰ ਤਿਆਰ ਆ। ਤੈਨੂੰ ਵੀ ਤੇਰੇ ਜਿਹੜੇ ਸਾਥੀ ਆ ਜਾਂ ਤੇਰੇ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਲੋਕ ਗਲਤ ਕਮੈਂਟ ਕਰਦੇ, ਉਹਨਾਂ ਨੂੰ ਸਿੱਧਾ ਚੈਲੰਜ ਆ, ਫੇਸਬੁੱਕ ਤੇ ਵਟਸਐਪ ਤੇ ਕੋਈ ਕਮੈਂਟ ਕਰੀ ਜਾਵੇ, ਪ੍ਰਧਾਨ ਮੰਤਰੀ ਨੂੰ ਗਾਲਾਂ ਕੱਢੀ ਜਾਵੇ, ਇੱਥੇ ਰਾਸ਼ਟਰਪਤੀ ਨੂੰ ਗਾਲਾਂ ਕੱਢੀ ਜਾਓ, ਕੋਈ ਉਹਦਾ ਮਤਲਬ ਨਹੀਂ ਆ, ਪਰ ਸਾਹਮਣੇ ਬੈਠ ਕੇ ਗੱਲ ਕਰਨੀ, ਸਾਹਮਣੇ ਬੈਠ ਕੇ ਗੱਲ ਕਰਨ ਵਾਸਤੇ ਹਰ ਗੱਲ ਦਾ ਜਵਾਬ ਦੇਣ ਵਾਸਤੇ ਤਿਆਰ ਆ, ਤੇ ਤੈਥੋਂ ਹਰ ਗੱਲ ਦਾ ਜਵਾਬ ਮੰਗਦੇ ਆ ਜਿਹੜਾ ਤੈਨੂੰ ਦੇਣਾ ਪੈਣਾ। ਆਉਣ ਵਾਲੇ ਸਮੇਂ ਚ ਤੈਨੂੰ ਕੋਈ ਪੈਰਾਂ ਚ ਨਹੀਂ ਬਿਠਾਉਣਾ ਚਾਹੁੰਦਾ, ਪਰ ਤੂੰ ਸਮਾਂ ਆਉਣ ਦੇ ਤੂੰ ਪੈਰ ਛੱਡ, ਤੂੰ ਟੋਆ ਪੁੱਟ ਕੇ ਹੇਠਾਂ ਬੈਠੇਗਾ। ਮੇਰੀ ਗੱਲ ਯਾਦ ਰੱਖੀ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।